ਸ਼ਲੋਕ ਮਹੱਲਾ ਤੀਜਾ। ਸਭ ਕਿਛ ਹੁਕਮੇ ਆਵਦਾ, ਸਭ ਕਿਛ ਹੁਕਮੇ ਜਾਏ, ਜੇ ਕੋ ਮੂਰਖ ਆਪੋ ਜਾਣੇ, ਅੰਧਾ ਅੰਧ ਕਮਾਏ। ਬਸ ਉਹੀ ਗੱਲ ਆ ਗਈ ਨਾ, ਸਭ ਕੁਝ ਤੇਰੇ ਬਸ ਵਾਲੀ, ਸਭ ਕੁਝ ਹੁਕਮ ਦੇ ਵਿੱਚ ਹੈ। ਜੋ ਆਉਂਦਾ ਇਹ ਜੋ ਜਾਂਦਾ ਹੈ ਹੁਕਮ ਦੇ ਅੰਦਰ, ਜਮਣ ਬਣਨਾ ਸਭ ਹੁਕਮ ਦੇ ਵਿੱਚ, ਸਭ ਕੁਝ ਚੰਦ ਸੂਰਜ ਉਹਦੀ ਰਜ਼ਾ ਚ ਨੇ, ਹੁਕਮ ਚ ਉਹਦੇ ਬਸ। ਜੇ ਕੋਈ ਮੂਰਖ ਆਪਣੇ ਆਪ ਨੂੰ ਕਹੇ ਵੀ ਮੈਂ ਆਹ ਕਰ ਸਕਦਾ, ਕਈ ਕਹਿ ਦਿੰਦੇ ਸੰਤ ਬਈਏ ਜੀ ਧੀ ਪੁੱਤ ਦੇ ਦਿੰਦੇ ਨੇ ਆਹ ਕੁਛ, ਉਹ ਕਰਾਮਾਤ ਹੈ ਜੋ ਹੈ, ਇਹਨਾਂ ਦੀਆਂ ਸਾਖੀਆਂ ਜੋੜੀਆਂ ਹੋਈਆਂ ਨੇ, ਸੂਰਜ ਨੂੰ ਖਰਾਦਿਆ, ਉਹ ਸਭ ਕਹਿੰਦੇ ਉਹ ਬਕਵਾਸ, ਬਿਲਕੁਲ ਗਲਤ ਹੈ, ਉਹ ਅੰਧੇ ਅੰਧ ਕਮਾਉਣ ਵਾਲੀ ਗੱਲ, ਉਹ ਨੇਰੇ ਦੇ ਤੀਰ ਦਾ ਕੁਛ ਨਹੀਂ ਰੱਖਿਆ, ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ ਹੋਇਆ। ਠੀਕ ਹੈ ਜੀ। ਨਾਨਕ ਹੁਕਮ ਕੋ ਗੁਰਮੁਖ ਬੁੱਝੈ, ਜਿਸ ਨੂੰ ਕਿਰਪਾ ਕਰੇ ਰਜ਼ਾਏ। ਨਾਨਕ ਕਹਿੰਦਾ ਵੀ ਕੋਈ ਵਿਰਲਾ ਗੁਰਮੁਖ ਹੁਕਮ ਨੂੰ ਬੁੱਝਦਾ ਹੈ, ਜਿਹਦੇ ਤੇ ਉਹ ਕਿਰਪਾ ਕਰ ਲਵੇ, ਉਹ ਆਪਣੀ ਮਰਜ਼ੀ ਕਰਦਾ, ਉਹ ਆਪਣੀ ਮਰਜ਼ੀ ਨਾਲ ਕਿਰਪਾ ਕਰਦਾ ਹੈ, ਕਿਰਪਾ ਦਾ ਵੀ ਕੋਈ ਉਹਨੂੰ ਕੋਈ ਕਿਤੇ ਤੋਂ ਸਿਫਾਰਿਸ਼ ਜਾਂ ਜ਼ੋਰ ਵੀ ਪਾਇਆ ਜਾ ਸਕਦਾ ਵੀ ਮੇਰੇ ਤੇ ਕਿਰਪਾ ਕਰ, ਜਾਂ ਕੋਈ ਸਿਫਾਰਿਸ਼ ਚੱਲੇ ਵੀ ਤੂੰ ਇਹਦੇ ਤੇ ਕਿਰਪਾ ਕਰ, ਨਹੀਂ ਐਸਾ ਕੁਛ ਨਹੀਂ ਹੈ, ਬਸ ਉਹਦੀ ਮਰਜ਼ੀ ਦੀ ਗੱਲ ਹੈ, ਮਰਜ਼ੀ ਦਾ ਮਾਲਕ ਹੈ ਜੀ, ਤੇ ਕਿਰਪਾ ਕਰ ਦੇਵੇ ਨਾ ਕਰੇ ਨਾ ਕਰੇ, ਇਹ ਵੀ ਭੇਦ ਨਹੀਂ ਅਸੀਂ ਦੱਸ ਸਕਦੇ, ਕਿਹਦੇ ਤੇ ਕਿਰਪਾ ਕਰਦਾ ਕਿਹਦੇ ਤੇ ਨਹੀਂ ਕਰਦਾ, ਕਿਉਂ ਕਰਦਾ ਕਿਉਂ ਨਹੀਂ ਕਰਦਾ, ਇਸ ਕਿਉਂ ਦਾ ਜਵਾਬ ਨਹੀਂ ਹੈ ਸਾਡੇ। ਗੁਰਮੁਖ ਨੇ ਹੁਕਮ ਬੁੱਝ ਲਿਆ। ਹਾਂ, ਗੁਰਮੁਖ ਹੁੰਦਾ ਬੱਲੇ ਬੱਲੇ, ਗੁਰਮੁਖ ਹੁੰਦੇ ਨੇ ਜਿਹਨਾਂ ਨੇ ਕੁਛ ਉਹਦੇ ਬਾਰੇ ਦੱਸਿਆ, ਹੁਕਮ ਬੁੱਝਿਆ ਜੀ। ਠੀਕ ਹੈ ਜੀ। ਮਹੱਲਾ ਤੀਜਾ। ਸੋ ਜੋਗੀ ਜੁਗਤ ਪਾਏ, ਜਿਸ ਨੂੰ ਗੁਰਮੁਖੀ ਨਾਮ ਪ੍ਰਾਪਤ ਹੋਏ, ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਹਾਂ, ਇੱਕ ਤਾਂ ਜੋਗੀ ਭੇਖ ਵਾਲੇ ਦੇ, ਹਾਂਜੀ, ਜਟਾਧਾਰੀ ਦੇ ਜਿਹਨਾਂ ਨਾਲ ਗੱਲ ਹੁੰਦੀ ਰਹੀ ਹੈ, ਜੋਗੀ ਸ਼ਬਦ ਤੋਂ ਉਹਨਾਂ ਨੂੰ ਇਨਕਾਰ ਨਹੀਂ ਹੈ, ਜੁੜਨ ਤੋਂ ਇਨਕਾਰ ਨਹੀਂ ਹੈ, ਜੁੜਨਾ ਜ਼ਰੂਰ ਹੈ ਅਸੀਂ, ਪਰ ਕਿਹਨੇ ਕਿਹਦੇ ਨਾਲ ਜੁੜਨਾ ਇਹ ਸਵਾਲ ਅਲੱਗ ਹੈ, ਜੇ ਇਹ ਸਮਝੇ ਨਹੀਂ ਜਿਹਨੂੰ ਹੈਗੀ ਕਿਹਨੇ ਕਿਹਦੇ ਨਾਲ ਜੁੜਨਾ, ਸਮਝ ਕਿਹਨੂੰ ਆਈ ਹੈ, ਗੁਰਮੁਖਾਂ ਨੂੰ ਆਈ ਹੈ ਜਿਹਨਾਂ ਨੇ ਨਾਮ ਹੁਕਮ ਪਛਾਣੇ, ਉੱਤੇ ਹੁਕਮ ਪਛਾਣਨ ਦੀ ਗੱਲ ਨਾ, ਬਿਰਲੇ ਕੋਈ ਹੁਕਮ ਪਛਾਣਦੇ ਨੇ ਬੁੱਝਣ ਦੇ, ਇਹਨਾਂ ਨੇ ਗੁਰਮੁਖੀ ਨਾਮ ਲਫ਼ਜ਼ ਆਇਆ, ਗੁਰਮੁਖੀ ਨਾਮ ਕੀ ਹੁੰਦਾ ਹੈ, ਨਾਮ ਤਾਂ ਫਿਰ ਗੁਰਮੁਖਾਂ ਦਾ ਵੀ ਇਹਦਾ ਮਤਲਬ ਹੈ, ਗੁਰਮੁਖੀ ਨਾਮ ਵੀ ਹੈ ਵਾਲਾ ਫੇਰਨ ਵਾਲਿਆਂ ਦਾ, ਗੁਰਮੁਖੀ ਰੋਗ ਨੀ ਗੁਰਮੁਖੀ ਰੋਗ, ਉਹ ਨਾਮ ਵੀ ਜਪਦੇ ਨੇ, ਪਰ ਮਨੁੱਖੀ ਨੇ, ਪਰ ਗੁਰਮੁਖੀ ਨਾਮ ਪ੍ਰਾਪਤ ਹੋਏ, ਗੁਰਮੁਖੀ ਨਾਮ ਜਿਹੜਾ ਗੁਰਮੁਖਾਂ ਵਾਲਾ ਜਿਹੜਾ ਨਾਮ ਪ੍ਰਾਪਤ ਹੋ ਜਾਏ ਨਾ, ਜਿਹਨੂੰ ਗੁਰਮੁਖ ਨਾਮ ਕਹਿੰਦੇ ਨੇ, ਉਹ ਪ੍ਰਾਪਤ ਹੋ ਗਿਆ, ਸੱਚ ਦਾ ਗਿਆਨ ਪ੍ਰਾਪਤ ਹੋ ਗਿਆ, ਆਪਣਾ ਮੂਲ ਨਾਲ ਜਿਹੜੇ ਜੁੜ ਜਾਣ, ਗੁਰਬਾਣੀ ਦੀ ਬੁਝਾਰਤ ਨੂੰ ਬੁਝ ਲੈਣ, ਸਮਝ ਲਓ ਉਹ ਗੁਰਮੁਖੀ ਰੋਗ, ਇਹਦੇ ਨਾਮ ਹੈ ਗੁਰਬਾਣੀ ਹੈ ਨਾਮ ਸਮਾਇਆ, ਤੇ ਜੋਗੀ ਕੀ ਨਗਰੀ ਸਭ ਕੋ ਬਸ, ਉਹ ਜੋਗੀ ਦੀ ਜਿਹੜੀ ਨਗਰੀ ਹੈ ਨਾ, ਉਹ ਸੱਚਖੰਡ ਹੁੰਦੀ ਹੈ, ਜੁੜਿਆ ਆਪਣੇ ਮੂਲ ਨੂੰ ਜਿਹੜੇ ਜੁੜਦੇ, ਉੱਥੇ ਤਾਂ ਸਾਰੇ ਵਾਸਤੇ ਨੇ ਜਾ ਕੇ ਉੱਥੇ ਬਸਣਾ, ਸਭ ਨੇ ਜਾ ਕੇ, ਠੀਕ ਹੈ ਜੀ, ਆਖਰ ਤਾਂ ਵੀ ਜਿਹੜੇ ਘਰ ਕੇ ਬਸਾ ਹੁਣ ਜਾ ਕੇ, ਉਹਨਾਂ ਚਿਰ ਇਹ ਬਸਦਾ ਨਹੀਂ ਹੈਗਾ, ਟਿਕਦਾ ਨੀ ਮਨ, ਟਿਕ ਜਾਣ ਨੂੰ ਬਸਣਾ ਕਹਿੰਦੇ ਨੇ, ਸਭ ਕੋ ਉੱਥੇ ਜਾ ਕੇ ਟਿਕਦਾ ਹੈ, ਬਸਦਾ ਜਾ ਕੇ ਜੀ ਤੂੰ ਗੁਰਮੁਖੀ ਤੋਂ ਮਿਲ ਜਾਂਦਾ, ਉਹ ਜੋਗੀ ਜਿੱਥੇ ਜੁੜਿਆ ਹੋਇਆ, ਜਿੱਥੇ ਗੁਰੂ ਨਾਨਕ ਜੋਗੀ ਜੁੜਿਆ ਜਾ ਕੇ, ਜਾਂ ਭਗਤ ਜੋਗ ਜੁੜੇ ਨੇ ਜਾ ਕੇ, ਉੱਥੇ ਜਿਹੜਾ ਵੀ ਜੁੜ ਜੂ ਉਹ ਟਿਕ ਜੂਗਾ, ਉਹਦਾ ਮੁੱਲ ਟਿਕ ਜੂਗਾ, ਭੇਖੀ ਜੋਗ ਨਾ ਹੋਏ, ਆ ਜਿਹੜੇ ਭੇਖ ਬਣਾਉਂਦੇ ਸਿਰਫ ਜਟਾ ਧਾਰ ਕੇ ਬਹਿ ਕੇ, ਇਹ ਇਹਦੇ ਨਾਲ ਜੋਗ ਜੁੜਿਆ ਨਹੀਂ ਜਾ ਸਕਦਾ, ਇਹ ਜੋਗ ਨਹੀਂ ਹੈ। ਠੀਕ ਹੈ ਜੀ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਘਟ ਪ੍ਰਗਟ ਹੋਏ। ਨਾਨਕ ਕਹਿੰਦਾ ਐਸਾ ਤਾਂ ਕੋਈ ਵਿਰਲਾ ਹੀ ਜੋਗੀ ਹੋਊਗਾ, ਜਿਹਦੇ ਹਿਰਦੇ ਵਿੱਚ ਜਿਹੜਾ ਸੱਚ ਦਾ ਗਿਆਨ ਪ੍ਰਗਟ ਹੋ ਜਾਵੇ, ਦੇਖੋ ਇੱਕ ਅੰਦਰੋਂ ਗਿਆਨ ਪ੍ਰਗਟ ਹੋਣਾ, ਇੱਕ ਅਸੀਂ ਬਾਹਰੋਂ ਪੜ੍ਹ ਕੇ ਬੁੱਝਣ, ਬਾਹਰੋਂ ਪੜ੍ਹ ਕੇ ਨਹੀਂ ਬੁੱਝਿਆ ਜਾ ਸਕਿਆ ਗੁਰਬਾਣੀ ਨੂੰ, ਬਾਹਰੀ ਗਿਆਨ ਨਾਲ, ਕਿਤਾਬੀ ਗਿਆਨ ਨਾਲ, ਜਦੋਂ ਕਿਰਪਾ ਨਾ ਕਰੇ ਅੰਦਰੋਂ ਨਾ ਪ੍ਰਗਟ ਹੋਵੇ, ਬਹੁਤ ਸਾਰੀਆਂ ਬੁਝਾਰਤਾਂ ਨੇ ਜਿਹੜੀਆਂ ਨਹੀਂ ਬੁੱਝੀਆਂ ਜਾ ਸਕਦੀਆਂ, ਇਸੇ ਕਰਕੇ ਜਿਹੜੇ ਵਿਦਵਾਨ ਦੇ ਨਾਲ ਹੋਰ ਨਾ ਪੈਂਦੇ ਨੇ, ਇਹ ਕਿੱਥੋਂ ਤੁਸੀਂ ਕੱਢ ਲਿਆਂਦੀ ਜੀ ਗੱਲ, ਇਹ ਕੀ ਆਧਾਰ ਹੈ ਤੁਹਾਡਾ ਇਸ ਗੱਲ ਤੇ, ਠੀਕ ਹੈ ਨਾ, ਜਦ ਵੀ ਨਾਮ ਪ੍ਰਗਟ ਹੁੰਦਾ ਇਹ ਦਇਆ ਹੀ ਹੁੰਦਾ, ਨਵਾਂ ਹੀ ਕਿਹਾ ਸਤਿਗੁਰ ਮੇਰਾ ਦੀ ਤਨੋ, ਠੀਕ ਹੈ ਜੀ, ਹੁਣ ਵੀ ਇਹਨੂੰ ਨਵਾਂ ਹੀ ਕਿਹਾ ਜਾਊਗਾ, ਪਿੱਛੇ ਹੈ ਨੀ ਇਹਦਾ ਪ੍ਰਚਾਰ, ਹੈ ਨੀ ਨਵਾਂ ਲੱਗਦਾ ਸਾਨੂੰ,
ਪਰ ਇਹ ਆਦ ਸੱਚ ਹੈ, ਸਾਨੂੰ ਨਵਾਂ ਲੱਗਦਾ, ਸਾਡੇ ਕੋਲ ਹੈ ਨਹੀਂ ਸੀ ਇਹ, ਹੁਣ ਸਾਨੂੰ ਗਿਆਨ ਹੋਇਆ ਦੁਬਾਰਾ ਆਪੇ ਪ੍ਰਗਟ ਹੋਇਆ ਜਦ। ਹਾਂਜੀ ਪੌੜੀ ਆਪੇ ਜੰਤ ਪਾਈਨ ਆਪੇ ਆਧਾਰ ਆਪੇ ਸੂਖਮ ਭਾਲੀਏ ਆਪੇ ਪਾਸਾਰ। ਆਪੇ ਜੰਤ ਪਾਈਨ ਆਪੇ ਜੰਤ ਪੈਦਾ ਕੀਤਾ, ਆਪੇ ਆਧਾਰ ਹੈ ਹੁਕਮ, ਹੁਕਮੇ ਆਧਾਰ ਹੈ ਆਪਾਂ ਨੇ ਪੈਦਾ ਕੀਤਾ, ਹੁਕਮੇ ਆਸਰਾ ਸਭ ਦਾ, ਆਪੇ ਸੂਖਮ ਭਾਲੀਏ। ਇਹ ਹੁਣ ਸੂਖਮ ਨੂੰ ਅਸੀਂ ਆਪਣੇ ਆਪ ਨੂੰ ਆਪੇ ਪਾਲਣਾ, ਜੋ ਜੋਤ ਹੈ ਆਪਣਾ ਆਪਾਂ ਹੀ ਖੋਜਣਾ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਕੋ ਖੋਜਣਾ ਆਪਣੇ ਮਨ ਨੂੰ ਆਪ ਹੀ ਖੋਜਣਾ, ਖੋਜ ਦਾ ਵਿਸ਼ਾ ਆਪੇ ਸੁਖ ਭਾਲੀਏ ਆਪੇ ਪਾਸਾ। ਇਹ ਜੋਤ ਪਸਾਰੇ ਦੇ ਵਿੱਚ ਹੈ, ਸਾਰੇ ਚ ਆਪਣਾ ਆਪਾਂ ਹੀ ਖੋਜਣਾ, ਆਪਣਾ ਆਪਾਂ ਸੁਖਮ ਹੈ, ਜੇ ਸੁਖਮ ਖੋਜਣਾ ਤਾਂ ਆਪਣਾ ਆਪਾਂ ਹੀ ਖੋਜ ਲੋ, ਸਾਰਾ ਸੁਖ ਸਮਝ ਆ ਜੂਗਾ। ਠੀਕ ਹੈ, ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ। ਕਿਤੇ ਤਾਂ ਆਪ ਕੱਲੇ ਦਾ ਕੱਲਾ ਇੱਕ ਹੋ ਕੇ ਬੈਠਾ, ਮਾਰਾ ਸਭ ਤੋਂ ਆਪੇ ਵੱਡ ਪਰਿਵਾਰ, ਜਦ ਪਰਿਵਾਰ ਦੇ ਵਿੱਚ ਸ਼ਾਮਲ ਹੈ ਵੱਡ ਪਰਿਵਾਰ, ਜਿਵੇਂ ਸੰਸਾਰੀ ਪਰਿਵਾਰ ਬੜਿਆ ਬੈਠਾ, ਤਾਂ ਵੀ ਆਪੇ ਹੈ, ਪਰ ਜੇ ਸੱਚਖੰਡ ਜਾਂਦਾ ਵੱਡ ਪਰਿਵਾਰ ਦੇ ਤਾਂ ਵੀ ਆਪੇ ਹੈ। ਹੁਣ ਸੰਸਾਰੀ ਨੂੰ ਪਰਿਵਾਰ ਮੰਨਣਾ ਜਾਂ ਨਿਰਾਕਾਰੀ ਪਰਿਵਾਰ ਮੰਨਣਾ, ਇਹ ਹੁਣ ਇਹਦੇ ਉੱਤੇ ਬੰਦਣ ਤੇ ਖੜਾ ਕਿਹਾ ਹੈ। ਠੀਕ ਹੈ ਜੀ, ਇਹ ਇਸ਼ਾਰਾ ਨਹੀਂ ਹੈ, ਇੱਕ ਹੈ ਅਨੇਕ ਹੈ ਵੱਲ ਨਹੀਂ ਹੋ ਰਿਹਾ ਇਸ਼ਾਰਾ? ਹਾਂ ਹਾਂ ਬਿਲਕੁਲ 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 ਬਿਲਕੁਲ, ਇੱਕ ਹੈ ਅਨੇਕ ਬਿਲਕੁਲ, ਤੁਸੀਂ ਪੁੱਛ ਲਈ ਗੱਲ ਉਹੀ ਹੈ। ਠੀਕ ਹੈ ਜੀ, ਨਾਨਕ ਮੰਗੇ ਦਾਨ ਹਰ ਸੰਤਾਂ ਰੇਣਾਰ, ਹੋਰ ਦਾਤਾਰ ਨਾ ਸੁਝਈ ਤੂੰ ਦੇਵਣ ਹਾਰ। ਨਾਨਕ ਨੇ ਫੈਸਲਾ ਕਰਤਾ ਮੰਗੇ ਦਾਨ, ਨਾਨਕ ਦਾ ਦਾਨ ਮੈਂ ਮੰਗਦਾ ਹਰ ਸੰਤਾਂ ਰੇਣਾਰ, ਮੈਂ ਹਰ ਕੇ ਸੰਤਾਂ ਦੀ ਰਹਿਣ ਮੰਗਦਾ ਚਲਣ ਧੂੜ, ਆ ਗੁਰਬਾਣੀ ਦਾ ਗਿਆਨ ਮੰਗਦਾ ਤੇ ਚਲਣ ਧੂੜ, ਸੰਤਨ ਕੀ ਰਹਿਣ ਪਿਆਰੇ ਹੋ ਸੰਤ ਕੀ ਸੁਣ, ਹੋਰ ਦਾਤਾ ਨਾ ਸੁਝੀ, ਹੋਰ ਮੈਨੂੰ ਕੋਈ ਦਾਤਾ ਦੀਦਾ ਹੀ ਨੀ, ਕੋਈ ਦੇਣ ਵਾਲਾ ਕਿੱਥੋਂ ਕੁਛ ਪ੍ਰਾਪਤ ਹੋ, ਕੋਈ ਚੀਜ਼ ਨਾਲ ਜਾਣ ਵਾਲੀ ਹੈ ਨੀ, ਤੂੰ ਦੇਵਣਾ ਧੂੜ, ਸੰਤਾਂ ਦੀ ਰਹਿਣ ਜਿਹੜੀ ਹੈ, ਸੰਤ ਵੀ ਤੇਰੇ ਹੀ ਬੁਲਾਏ ਬੋਲਦੇ ਨੇ, ਕਹਿਣ ਦਾ ਮਤਲਬ ਇਹ ਹੈ। ਮੈਂ ਤਾਂ ਮੰਗਦਾ ਸੰਤਾਂ ਦੇ ਬੋਲੇ ਆਇਆ ਹੀ ਮੈਨੂੰ ਮੇਰੇ ਕੰਨਾਂ ਚ ਪੈ ਜਾਵੇ, ਉਹ ਚ ਮੈਨੂੰ ਸਮਝ ਆ ਜਾਏ, ਪਰ ਗਾਂ ਸੰਤ ਵੀ ਦੇ ਤੇ ਤੋਈ, ਉਹ ਤਾਂ ਕਹਿੰਦੇ ਨੇ ਆਪ ਸੰਤਾਂ ਦੇ ਹੱਥ ਖੜੇ ਕਰਤੇ ਵੀ ਬੁਲਾਏ ਬੋਲਦੇ ਅਸੀਂ ਉਹਦੇ, ਤੂੰ ਦੇਵਣਾ ਜਿਹੜਾ ਸੰਤਾਂ ਨੂੰ ਤੈਨੂੰ ਦਿੱਤਾ ਨਾ ਦਾਨ, ਉਹਦੀ ਧੂੜ ਮੰਗਦਾ ਮੈਂ, ਆ ਜਿਹੜਾ ਸੰਤ ਚਿਮਟੇ ਵਜਾ ਕੇ ਆਪਣੇ ਕੋਲੋਂ ਕਰਦਾ ਕਾਂ, ਇਹ ਨਹੀਂ ਮੰਗਦਾ ਮੈਂ। ਠੀਕ ਹੈ ਜੀ, ਦੇਖੋ ਕਿੰਨੀ ਵੱਡੀ ਗੱਲ ਹੈ, ਲੁਕੀ ਹੋਈ ਗੱਲ ਹੈ, ਇਸ਼ਾਰਾ ਕਰਕੇ ਕੋਈ ਪਿੱਛੇ ਤੇ ਸਾਖੀ ਚਲੀਆਂ ਹੁੰਦੀਆਂ ਨਾ, ਉਹ ਤਾਂ ਪਹਿਲਾਂ ਦੇ ਚਲੇ ਹੁੰਦੇ। ਠੀਕ ਹੈ ਜੀ, ਹੋਰ ਦਾਤਾਰ ਨਾ ਸੁਝਈ ਤੂੰ ਦੇਵਣ ਹਾਰ, ਤੂੰ ਦੇਵਣ ਹੋਰ ਤਾਂ ਦਾਤਾ ਕੋਈ ਮੈਨੂੰ ਫਿਰ ਦੱਦਾ ਦਾਤਾ ਇਹ ਕਹਿ ਸਭ ਕੋ ਦੇਵਣ ਹਾਰ, ਹੋਰ ਦਾਤਾ ਮੈਨੂੰ ਮੇਰੀ ਸਮਝ ਤੋਂ ਪਰੇ ਕੋਈ ਹੈ? ਠੀਕ ਹੈ ਜੀ, ਕੁਝ ਦੇ ਸਕਦਾ ਹੋਵੇ ਜਿਹੜੇ, ਜੇ ਕੋਈ ਦਾਵਾ ਕਰੇ ਤਾਂ ਮੂਰਖ ਹੈ। ਇੱਥੇ 21ਵੀਂ ਪੌੜੀ ਸਮਾਪਤੀ ਹੈ ਜੀ, ਨਾਲੇ ਬਿਹਾਗੜੇ ਕੀ ਵਾਰ ਇਹਦੀ ਵੀ ਨਾਲੇ ਇੱਥੇ ਸਮਾਪਤੀ ਹੈ ਜੀ।